ਆ ਸਿੱਧੂ ਬਾਈ ਦੀ ਇੱਕ ਵੀਡੀਓ ਹੋਰ ਲੰਬੀ ਆ ਜਦੋਂ ਸਿੱਧੂ ਬਾਈ ਇੱਕ ਮੋਬਾਈਲ ਸ਼ਾਪ ਤੇ ਗਿਆ ਮੋਬਾਈਲ ਖਰੀਦਣ ਵਾਸਤੇ ਤੇ ਉਹਨਾਂ ਨੇ ਸਮਾਨ ਮੰਗਾਇਆ ਖਾਣ ਪੀਣ ਦਾ ਤੇ ਸਿੱਧੂ ਬਾਈ ਉਹਨਾਂ ਨਾਲ ਗੁੱਸੇ ਹੋ ਗਿਆ ਕਿਉਂਕਿ ਹਰ ਇੱਕ ਨੂੰ ਹੁੰਦਾ ਹੀ ਆ ਕਿ ਯਾਰ ਸਿੱਧੂ ਮੂਸੇ ਵਾਲਾ ਸਾਡੀ ਦੁਕਾਨ ਤੇ ਆਇਆ ਤੇ ਅਸੀਂ ਉਹਦੀ ਸੇਵਾ ਕਰੀਏ ਪਰ ਬਾਈ ਸਿੱਧੂ ਉਹਨਾਂ ਨਾਲ ਗੁੱਸੇ ਹੋ ਗਿਆ ਕਿ ਯਾਰ ਤੁਸੀਂ ਮੈਨੂੰ ਆਮ ਗਾਹਕਾਂ ਵਾਂਗੂ ਕਿਉਂ ਨਹੀਂ ਟ੍ਰੀਟ ਕਰਦੇ ਯਾਰ ਮੈਨੂੰ ਕਿਉਂ ਸੁਪਰਸਟਾਰ ਸਮਝੀ ਜਾਂਦੇ ਆ ਯਾਰ ਕਿਉਂਕਿ ਯਾਰ ਉਹਦੇ ਘਰੇ ਤਾਂ ਖੁਦ ਗਿਫਟ ਹੁੰਦੇ ਸੀ ਯਾਰ ਉਹਨੂੰ ਤਾਂ ਜਾਣ ਦੀ ਲੋੜ ਹੀ ਨਹੀਂ ਦੁਕਾਨ ਤੇ ਪਰ ਉਹ ਬੰਦਾ ਖੁਦ ਗਿਆ ਕਿਉਂਕਿ ਉਹ ਆਮ ਇਨਸਾਨ ਸੀਗਾ ਤੇ ਉਹ ਆਮ ਇਨਸਾਨ ਬਣ ਕੇ ਰਹਿਣਾ ਚਾਹੁੰਦਾ ਸੀ ਇੱਥੇ ਕਿਸੇ ਇੱਕ ਸਿੰਗਰ ਦਾ ਕੋਈ ਗਾਣਾ ਚੱਲ ਜੇ ਨਾ ਕੋਈ ਵੀਡੀਓ ਚੱਲ ਜੇ ਅਗਲੇ ਦਿਨ ਹੀ ਉਹ ਬਾਹਰ ਵਾਈਦਾ ਜਾਂ ਅਗਲੇ ਦਿਨ ਹੀ ਚੰਡੀਗੜ੍ਹ ਵਾਈਦੇ ਆ ਤੇ ਇਹ ਬੰਦਾ ਵੇਖ ਲੈ ਇਹਨੂੰ ਯੂਕੇ ਆਸਟ੍ਰੇਲੀਆ ਨਿਊਜ਼ੀਲੈਂਡ ਸਾਰੀ ਦੁਨੀਆ ਜਾਣਦੀ ਆ ਹਾਲਾਂਕਿ ਗੋਰੇ ਕਾਲੇ ਵੀ ਗਾਣੇ ਸੁਣਦੇ ਆ ਤੇ ਗਾਣੇ ਗਾਉਂਦੇ ਆ ਪਰ ਉਹ ਬੰਦਾ ਆਮ ਹੀ ਰਹਿਣਾ ਚਾਹੁੰਦਾ ਸੀ ਇਸ ਕਰਕੇ ਉਹਨਾਂ ਨਾਲ ਲੜਿਆ ਕਿ ਨਾ ਯਾਰ ਮੈਨੂੰ ਆਮ ਸਮਝੋ ਯਾਰ ਮੈਨੂੰ ਐਨ ਟ੍ਰੀਟ ਕਰਾਇਆ ਕਰੋ ਯਾਰ ਅਬੀ ਮੈਂ ਸੁਪਰਸਟਾਰ ਆ ਯਾਰ ਤੇ ਬਾਈ ਯਾਰ ਇੰਨਾ ਡਾਊਨ ਟੂ ਅਰਥ ਬੰਦਾ ਯਾਰ ਪਤਾ ਨਹੀਂ ਯਾਰ ਮੇਰੇ ਵਰਗੇ ਤੋਂ ਵੀ ਹੰਕਾਰ ਆ ਜੇ ਯਾਰ ਆਪਣੇ ਤਾਂ ਪਤਾ ਨਹੀਂ ਆਪਣੇ ਕਿਵੇਂ ਦੇ ਆਪਣੇ ਚ ਸੋਲ ਹੈਗੇ ਯਾਰ ਬਾਈ ਬਹੁਤ ਗ੍ਰੇਟ ਬੰਦਾ ਈ ਯਾਰ ਆ ਵੀਡੀਓ ਨੂੰ ਵੇਖ ਕੇ ਲੱਗਦਾ ਨਹੀਂ ਪਿਆ ਕਿ ਬਾਈ ਨੂੰ 1 ਸਾਲ ਹੋ ਗਿਆ ਯਾਰ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਲੱਗੀ